सज्जन बैठे हैं, पिछे की सी हुण की है, अगे जाके की होना। 84 लाख जोनी विच किसी नूं कोई पता है? कोई पता नहीं। दुखी दे कोल जाके पुछया जावे, कहिंदा हे प्रभु मैं ठीक हो जावांगा, तेरे चरणां दा सिमरन करा। ठीक हो जाता है फिर की कहता है? रब कित्थे है? परमात्मा नु किन्ने देखे है? सबुद्धि चली गई, कबुद्धि आ गई। शमशान दे विच जाने है, माड़ा कर्म ना करो। कलो ਅਸੀਂ ਵੀ ਇੱਥੇ ਆ ਗਏ। ਜਿਸ ਵਾਰ ਸੰਸਕਾਰ ਕਰਕੇ ਬਾਹਰ ਆਉਂਦੇ ਹੈ, ਪਹਿਲੀ ਗੱਲ ਤਾਂ ਇਹ ਦੱਸੋ ਅੱਜ ਸੰਸਕਾਰ ਦੀ 5 ਮਿੰਟ ਲੱਗਦੀ ਹੈ। ਸੋਟੀ ਲਾਓ ਜੀ, ਸੋਟੀ ਲਾਓ ਜੀ। ਮਹਾਰਾਜ ਕਹਿੰਦੇ ਆ 45 ਮਿੰਟ ਸੰਸਕਾਰ ਦੇ ਲੱਗਦੇ ਆ, ਸ਼ਾਸਤਰਾਂ ਵਿੱਚ ਲਿਖਿਆ। ਜਦ ਤੱਕ ਸਿਰ ਦਾ ਪਟਾਕਾ ਨਾ ਬੋਲ ਜਾਵੇ ਨਾ, ਸੰਸਕਾਰ ਪੂਰਾ ਨਹੀਂ ਹੁੰਦਾ। ਇਹ ਗੱਲਾਂ ਬੜੀਆਂ ਗੂੜ ਗਿਆਨ ਵਾਲੀਆਂ। ਸੋਟੀ ਲਾਓ ਜੀ, ਤ੍ਰਿਪਾਠੀ ਕਰੋ। ਬ੍ਰਹਮਾ ਵਿਸ਼ਨੂੰ ਵਾਕ ਤ੍ਰਾਇਆ ਤਤ, ਉਹ ਤਾਂ ਸਾਰਿਆਂ ਨੂੰ ਪਤਾ ਹੈ। ਜਿੱਧਰੋਂ ਸੱਜਣ ਆਇਆ ਹੈ ਉਹਨੇ ਉਸੇ ਪਾਸੇ ਚਲੇ ਜਾਣਾ। ਵੇਦ ਪੁਰਾਣ ਸ਼ਾਸਤਰ ਦੀ ਕਥਾ ਹੁੰਦੀ ਹੈ। ਚਲੋ ਦੂਰ ਕੀ ਜਾਣਾ ਹੈ, ਅਸੀਂ ਕਿਸੇ ਸ਼ੋਕ ਸਭਾ ਵਿੱਚ ਜਾਂਦੇ ਹਾਂ। ਪਹਿਲੀ ਗੱਲ ਤਾਂ ਅਸੀਂ ਬਾਹਰ ਹੀ ਖੜੇ ਰਹਿੰਦੇ ਹਾਂ, ਅੰਦਰ ਆਉਣ ਦਾ ਨਾਂ ਨਹੀਂ ਲੈਂਦੇ। ਜੇ ਅੰਦਰ ਆਉਂਦੇ ਹੈ ਨਮਸਕਾਰ ਕਰਕੇ ਅਸੀਂ ਬੈਠਦੇ ਹਾਂ, ਇਹ ਨਹੀਂ ਪਤਾ ਕਿ ਪੰਡਿਤ ਗੁਰੂ ਗ੍ਰੰਥੀ ਕੀ ਪੜ੍ਹਦਾ ਪਿਆ ਹੈ। ਅਸੀਂ ਅਮਲ ਨਹੀਂ ਕਰਦੇ। ਜੇ ਅਮਲ ਕਰਨੇ ਹੈ ਤੇ ਗਿਆਨ ਨੂੰ ਪ੍ਰਾਪਤ ਨਹੀਂ ਕਰਦੇ, ਤੇ ਫਿਰ ਜਾਣ ਦਾ ਫਾਇਦਾ ਕੀ ਦੱਸਿਆ ਗਿਆ?
ਮਾਰੇ ਨੇ ਕੀ ਕਿਹਾ? ਬੁੱਲਿਆ ਰੱਬ ਤੈਥੋਂ ਵੱਖ ਨੀ ਪਰ ਵੇਖਣ ਵਾਲੀ ਤੇਰੇ ਕੋਲ ਅੱਖ। ਕਿਆ ਮੰਦਰ ਦੇ ਵਿੱਚ ਰੱਬ ਬੈਠਾ? ਗੁਰਦੁਆਰਾ ਗਿਰਜਾਘਰ ਮਸੀਤਾਂ ਵਿੱਚ ਰੱਬ ਬੈਠਾ? ਧਾਰਮ ਸਥਾਨ ਬਣਾਇਆ ਇੱਕ ਮਨ ਦੀ ਸ਼ਾਂਤੀ ਵਾਸਤੇ, ਇਕਾਗਰਤ ਚਿੱਤ ਹੋ ਕੇ ਮਨ ਨੂੰ ਸਕੂਨ ਦਿੱਤਾ। ਪਰਮਾਤਮਾ ਦਾ ਅੰਦਰ ਬੈਠਾ ਚੌਕੜੀ ਲਗਾ ਕੇ, ਜਿਹਨੂੰ ਚੇਤਨ ਰੂਪ ਏ ਸ਼ਕਤੀ ਇੱਕ ਆਤਮਾ ਦਾ ਦਰਜਾ ਦੇਣੀ ਹੈ। ਮਹਾਰਾਜ ਕਹਿੰਦੇ ਆ ਮੈਂ ਤਾਂ ਤੇਰੇ ਅੰਦਰ ਚੌਕੜੀ ਲਗਾ ਕੇ ਬੈਠਾ। ਇੱਕ ਵਾਰੀ ਝੰਝੋਲ ਆਪਣੇ ਸਰੀਰ ਨੂੰ, ਮੈਂ ਤੈਨੂੰ ਅੰਦਰੋਂ ਪ੍ਰਗਟ ਹੋ ਕੇ ਦਰਸ਼ਨ ਦੇ ਦਿਆਂ। ਜੀਵਨ ਆਗੇ ਵੀ ਸੁਖੀ ਹੈ ਔਰ ਇਸ ਮ੍ਰਿਤਯੂ ਲੋਕ ਮੈਂ ਵੀ ਸੁਖੀ ਹੈ। ਅਗਰ ਕੋਈ ਇਨਸਾਨ ਦੁਸ਼ਕਰਮ ਕਰਕੇ ਜਾਂਦਾ ਹੈ ਤੋ ਇਸ ਮ੍ਰਿਤਯੂ ਲੋਕ ਮੈਂ ਵੀ ਦੁਖੀ ਹੋਤਾ ਹੈ ਔਰ ਆਗੇ ਜਾ ਕਰਕੇ ਉਸਕੋ ਕੀ ਹੋਏ ਕਰਮੋ ਕਾ ਫਲ ਆਤਮਾ ਕੋ ਭੋਗਣਾ ਪੜਤਾ ਹੈ, ਪੀੜਾ ਹੋਤੀ ਹੈ ਔਰ ਵਹਾਂ ਜਾ ਕਰਕੇ ਵੀ ਦੁਖੀ ਹੋਤਾ ਹੈ। ਤੋ ਆਏ ਕਥਾ ਕੀ ਔਰ ਸਮਾਪਤੀ ਕੋ ਚਲੇ। ਸਾਰੀ ਕਥਾ 16 ਅਧਿਆਇ ਮੈਂ ਵਿਸ਼ਨੂੰ ਭਗਵਾਨ ਮਹਾਰਾਜ ਜੀ ਗੜੀ ਕੋ ਸੁਣਾ ਦੇ ਬੰਦ ਮੈਂ ਕਹਾ। ਭਗਵਾਨ ਵਿਸ਼ਨੂੰ ਮਹਾਰਾਜ ਕਹਿੰਦੇ ਕਿ ਉਹਨੂੰ ਜੋ ਮ੍ਰਿਤਯੂ ਕੇ ਵਾਰਦਾਸ ਤੱਕ ਕਥਾ ਤੋਂ ਸੁਣਤੇ ਹੈ ਵੀ ਪਾਪੋ ਸੇ ਛੂਟ ਕਰਕੇ ਅੰਤ ਮੈਂ ਮੁਕਤੀ ਕੋ ਪ੍ਰਾਪਤ ਹੋ ਜਾਤੇ ਹੈ ਔਰ ਇਹ ਕਥਾ ਹੈ ਪੁੱਤਰ ਕੀ ਸਭੀ ਪ੍ਰਕਾਰ ਸੇ ਕਾਮਨਾ ਕੋ ਪੂਰਨ ਕਰਨੇ ਵਾਲਾ। ਜੋ ਨਾਸਤਿਕ ਲੋਕ ਨਾ ਤੋ ਇਸ ਕਥਾ ਕੋ ਕਰਤੇ ਹੈ ਨਾ ਸੁਣਤੇ ਹੈ, ਭਗਵਾਨ ਕਹਿੰਦੇ ਕਿ ਉਨਕੋ ਪੁੱਤਰ ਕਹਿਣ ਕਾ ਕੋਈ ਵੀ ਹੱਕ ਨਹੀਂ। ਜੋ ਮਾਤਾ ਪਿਤਾ ਕੇ ਮ੍ਰਿਤ ਹੋਣੇ ਇਸ ਕਥਾ ਕੋ ਸੁਣਤਾ ਹੈ ਉਸਕੇ ਮਾਤਾ ਪਿਤਾ ਮੋਕਸ਼ ਪ੍ਰਾਪਤ ਹੋ ਜਾਤੇ ਹੈ ਔਰ ਪੁੱਤਰ ਸੰਤਾਨ ਵਾਲਾ ਹੋਤਾ ਹੈ। ਜਿਸਨੇ ਨਾ ਕਥਾ ਸੁਣੀ ਨਾ ਗਿਆ ਜਾ ਕਰਕੇ ਸ਼ਰਾਧ ਕਿਆ ਨਾ ਮਾਸਿਕ ਸ਼ਰਾਧ ਕਿਆ, ਭਗਵਾਨ ਕਹਿਣ ਕੇ ਕਰੋੜਾ ਉਸਕੋ ਪੁੱਤਰ ਕਹਿ ਸਕਦਾ। ਇਸ ਲਈ ਸਭੀ ਪ੍ਰਯਤਨ ਸੇ ਕਥਾ ਕੋ ਸੁਣਨੀ ਚਾਹੀਏ। ਇਸਕੇ ਸੁਣਨੇ ਮਾਤਰ ਸੇ ਹੀ ਮੋਕਸ਼ ਕੀ ਪ੍ਰਾਪਤੀ ਹੁੰਦੀ ਹੈ ਔਰ ਅੰਤ ਮੇਂ ਪ੍ਰਾਣੀ ਉਸ ਪਰਮ ਪਿਤਾ ਪਰਮਾਤਮਾ ਕੇ ਰਹਿਣਾ ਪੁੰਡੇ ਜਾ ਕੇ ਮੰਗਲਾਇ ਤਮਰੀ ਵੋ ਵਿਸ਼ਨੂੰ ਭਗਵਾਨ ਮਹਾਰਾਜ ਜੀ ਸ਼੍ਰੀ ਮਨਰਾ ਪਰਮਾਤਮਾ ਕੇ ਪ੍ਰਤੀ ਸ਼ਰਧਾ ਕੋ ਪੁਸ਼ਪ ਅਰਪਿਤ ਕੇ। ਤੋ ਇਸ ਸਮੇਂ ਹਮਾਰੇ ਪਾਸ ਕੁਛ ਸ਼ੋਕ ਪ੍ਰਸਤਾਵ ਵੀ ਪਹੁੰਚੇ ਹੈ ਸ਼੍ਰੀ ਹਰਸਿਮਰਜੀਤ ਸਿੰਘ ਬੰਟੀ ਡਿਪਟੀ ਮੇਜਰ ਉਨਕੀ ਔਰ ਸੇ ਵੀ ਸ਼ੋਕ ਪ੍ਰਸਤਾਵ ਪਹੁੰਚਾ ਹੈ, ਨਹੀਂ ਪਹੁੰਚ ਸਕਦੇ ਸਮੇਂ ਪਰ ਹਮਾਰੀ ਔਰ ਸੇ ਵੀ ਉਸ ਦਿਵੰਗਤ ਆਤਮਾ ਕੇ ਪ੍ਰਤੀ ਸ਼ਰਧਾ ਕੇ ਪੁਸ਼ਪ ਅਰਪਿਤ ਕਰਨੇ ਹੈ ਔਰ ਵੀ ਬਹੁਤ ਸੇ ਸਵਾਰੀ ਸਮਾਜਿਕ ਧਾਰਮਿਕ ਬੰਧੂ ਵਰਗ ਇਕੱਤ੍ਰਿਤ ਹੋਏ ਹੈ। ਆਈਏ ਅਗਰ ਸਾਨੂੰ ਉਠਾਲਾ ਕੇ ਆਏ ਤਾਂ ਮੈਂ ਕਹੂੰਗਾ ਪਰਿਵਾਰ ਵਾਲੇ ਸੇ ਜੋ ਪਗੜੀ ਲੈ ਕੇ ਆਏ ਹਨ ਉਹ ਕਿਰਪਾ ਆਗੇ ਆ ਜਾਈਏਗਾ ਤਾਂ ਕਿ ਹਮ ਉਠਾ ਲੈ ਕੇ ਰਸ ਪਤਨੀ ਹੈ ਚਾਹੇ ਕਾ ਪ੍ਰਸ਼ਾਦ ਗ੍ਰਹਿਣ ਕਰਕੇ ਜਾਏ। ਬੱਚੋ ਨੇ ਆਪਣੀ ਬਜ਼ੁਰਗੋਂ ਕੇ ਲਈ ਸ਼ਾਸਤਰੀ ਕਾ ਜੋ ਗੁਰੂ ਮਹਾਰਾਜ ਜੀ ਛੋਟੀ ਜੀ ਓਮ ਹਰੀ ਓਮ ਮੰਗਲਮ ਭਗਵਾਨ ਤੁਸੀਂ ਦੇਖੀ ਸਾਰੇ ਜਾਣ ਕਿਰਪਾ ਕਰ ਰੱਖੋ ਜੀ ਪਵਨ ਕੋਠੀ ਰੱਖੋ ਜੋ ਨਹੀਂ ਜੋ ਰੱਖਣਾ ਰੱਖ ਦਿਓ ਚੱਕੋ ਬੇਟਾ ਸੁਖਰਾ ਸਾਹਿਬ ਬਾਕੀ ਬਾਅਦ ਲੈਣ ਦੇਣ ਕਰ ਲਈਓ ਪਵਨ ਕੋਠੀ ਜੀ ਪਹਿਲਾਂ ਹੱਥ ਜੋੜ ਕੇ ਜਾ ਆਪਣੇ ਕੋਲ ਰੱਖ ਲਓ ਕਾਕੇ ਬੰਦ ਕਰਤਾ ਉਦਾਂ ਹੀ ਦੇ ਦਿਓ। ਮਹਾਂਕਾਇ ਸ੍ਰੀ ਕੋਟਿ ਸੰਪ੍ਰਭ
श्री कृष्ण आज हम उस महान हस्ती जिनके हम सभी को छोड़ करके अपने चरण में विलीन हो गए हैं और इस मित्रा परिवार में दुख की घड़ी है। हम सब इस दुखी परिवार से संवेदना प्रकट करने के लिए और दिवंगत आत्मा के प्रति श्रद्धा का पुष्प अर्पित करने के लिए एकत्रित हो रहे हैं। तो हमारी श्रीमानियों श्री जुगंदर पाड़ी लुच्छा जो अपनी संसारिक यात्रा पूरी कर कुछ दिन पहले ही प्रभु चरण में विराजमान हुए और पीछे अपना भरा परिवार फुलवाड़ी छोड़कर गए। इस समय इस दुख की घड़ी में हमारे श्री संजीव जी राजीव जी इनको पिता का भी छोड़ा चला और सुदेश जी जो उनके दामाद और सबसे बड़ा बिछोड़ा श्रीमती सुदेश रानी जी उनको पति के रूप में बिछोड़ा लगा। लेकिन इस होनहार को टालने का किसी के पास भी कोई उपाय नहीं क्योंकि अनहोनी घटना होती है। तो दिगंबर आत्मा के प्रति परिवार वालों ने साप्ताहिक श्री गर्भराय जी की कथा रखवाई थी तो मैं हमारे गुरुशिव जी उस दिवंगत आत्मा के प्रति श्रद्धा को पुष्प अर्पित करने के लिए पधारे हैं और उन्होंने पहले कहा कि मेरे पास समय पूरा चाहिए। मैंने पहले कह रहा कोई ऐसी बात नहीं है आपको पूरा ही समय मिलेगा। लेकिन मैं दो शब्द कहूँ और उसके बाद उनके कार्यक्रम आगे का बढ़ा दूंगा कि संसार में कितनी भी इतिम बैठ
ਸਦਾ ਕਿਸੇ ਰਹਿਣਾ ਨਹੀਂ ਹੋ ਬੜਿਆ ਸਮਝਦਾ ਦਾ ਤੂੰ ਮਾਲਿਕ ਬਣਿਆ ਫਿਰੇ ਆਣਾ ਜਿੱਥੇ ਤੇਰੇ ਵਾਡੇ ਵਡੇਰੇ ਤੂੰ ਵੀ ਉੱਥੇ ਜਾਣਾ ਵਾਰੀ ਵਾਰੀ ਆਪੋ ਆਪਣੀ ਚੁਗਿਆ ਜਾਣਾ
ਅਤੇ ਤੇਰੀਆਂ ਅੱਖਾਂ ਵਿੱਚ ਆਂਸੂ ਹੈ। ਸੰਸਾਰ ਨੂੰ ਤੂੰ ਛੱਡ ਕੇ ਜਾ ਰਹੇ ਫਿਰ ਵੀ ਤੇਰੀਆਂ ਅੱਖਾਂ ਵਿੱਚ ਆਂਸੂ ਹੈ, ਪਰ ਉਹ ਆਂਸੂ ਸਾਨੂੰ ਦਿਖਾਈ ਦਿੱਤੇ। ਅੱਜ ਲੁਥਰਾ ਸਾਹਿਬ ਕਥਾ ਦਾ ਪ੍ਰਸੰਗ ਅੱਜ ਆਸੂਆਂ ਤੋਂ ਹੀ ਸ਼ੁਰੂ ਕਰਦੇ ਹਾਂ। ਪੰਡਿਤ ਜੀ ਗਰਗ ਪੁਰਾਣ ਦੇ ਵਿੱਚ ਇੱਕ ਸ਼ਬਦ ਦੱਸਿਆ, ਗਰਭ ਰੋਗੇ ਕੁਰਾਂ ਕਾਲੀ ਕੋਠੜੀ ਜੀ ਹੈ, ਕਹਿੰਦਾ ਕਿ ਪ੍ਰਭੂ ਤੂੰ ਮੈਨੂੰ ਕਿਸੇ ਦਾ ਗਿਆਨ ਤਾਂ ਦੇ ਦਿੱਤਾ ਹੈ, ਮੈਨੂੰ ਇਸ ਨਰਕ ਦੇ ਵਿੱਚ ਕਿਉਂ ਪਾਰ ਕਰਨਾ। ਮਾਲਕ ਹਰ ਬੰਦੇ ਦੇ ਸੁਣਦੇ ਨੇ, ਉਹ ਕਵੇ ਨਾ ਕਿ ਹਨੁਮਾਨ ਦੇ ਸੁਣਦੇ ਆ ਕਿ ਗਰੀਬ ਦੇ ਸੁਣਦੇ ਨੇ। ਪਰਮਾਤਮਾ ਕਹਿੰਦੇ ਨੇ ਪੰਡਿਤ ਜੀ ਕਵੇ ਪੁਰਾਣੀ ਨੇ ਕੀ ਸੰਸਾਰ ਦੇ ਵਿੱਚ ਆਣ ਕੇ ਜਨਮ ਹੋ ਗਿਆ। ਉਹ ਬੱਚਾ ਇੰਨੀ ਉੱਚੀ ਉੱਚੀ ਰੋਂਦਾ ਹੈ, ਰੋਂਦਾ ਮਤਲਬ ਕੀ ਹੈ, ਉਹ ਰੋਂਦਾ ਹੈ ਕਿ ਮੇਰਾ ਮਹਾਰਾਜ ਨੇ ਗਿਆਨ ਸਾਰਾ ਮੇਰੇ ਕੋਲ ਖੋ ਲਿਆ, ਮੈਂ ਪਰਾਇਆ ਨਹੀਂ ਨਾ। ਅੱਜ ਅਸੀਂ ਚਾਰ ਸੱਜਣ ਬੈਠੇ ਹਾਂ, ਪਿੱਛੇ ਕੀ ਸੀ, ਹੁਣ ਕੀ ਹੈ, ਅੱਗੇ ਜਾ ਕੇ ਕੀ ਹੋਣਾ, 84 ਲੱਖ ਜੋਨੀ ਵਿੱਚ ਕਿਸੇ ਨੂੰ ਕੋਈ ਪਤਾ ਹੈ, ਕੋਈ ਪਤਾ ਨਹੀਂ। ਦੁਖੀ ਦੇ ਕੋਲੋਂ ਜਾ ਕੇ ਪੁੱਛਿਆ ਜਾਵੇ, ਕਹਿੰਦਾ ਹੇ ਪ੍ਰਭੂ ਮੈਂ ਠੀਕ ਹੋ ਜਾਵਾਂਗਾ, ਤੇਰੇ ਚਰਨਾਂ ਦਾ ਸਿਮਰਨ ਕਰਾਂ। ਠੀਕ ਹੋ ਜਾਂਦਾ ਫਿਰ ਕੀ ਕਹਿੰਦਾ, ਰੱਬ ਕਿੱਥੇ ਹੈ, ਪਰਮਾਤਮਾ ਨੂੰ ਕਿੰਨੇ ਦੇਖਿਆ। ਸਬੁੱਧੀ ਚਲੀ ਗਈ, ਕਬੁੱਧੀ ਆ ਗਈ, ਸ਼ਮਸ਼ਾਨ ਦੇ ਵਿੱਚ ਜਾਂਦੇ ਹੈ, ਮਾੜਾ ਕਰਮ ਨਾ ਕਰੋ, ਕੱਲ ਨੂੰ ਅਸੀਂ ਵੀ ਇੱਥੇ ਆ। ਜਿਸ ਵਾਰ ਸੰਸਕਾਰ ਕਰਕੇ ਬਾਹਰ ਆਉਂਦੇ ਹੈ, ਪਹਿਲੀ ਗੱਲ ਤਾਂ ਇਹ ਦੱਸੋ ਅੱਜ ਸੰਸਕਾਰ ਦੀ 5 ਮਿੰਟ ਲੱਗਦੀ ਹੈ, ਸੋਟੀ ਲਾਓ ਜੀ, ਸੋਟੀ ਲਾਓ ਜੀ। ਮਹਾਰਾਜ ਕਹਿੰਦੇ ਆ 45 ਮਿੰਟ ਸੰਸਕਾਰ ਦੇ ਲੱਗਦੇ ਆ, ਸ਼ਾਸਤਰਾਂ ਵਿੱਚ ਲਿਖਿਆ। ਜਦ ਤੱਕ ਸਿਰ ਦਾ ਪਟਾਕਾ ਨਾ ਬੋਲ ਜਾਵੇ ਨਾ, ਸੰਸਕਾਰ ਪੂਰਾ ਨਹੀਂ ਹੁੰਦਾ। ਇਹ ਗੱਲਾਂ ਬੜੀਆਂ ਗੂੜ ਗਿਆਨ ਵਾਲੀਆਂ, ਸੋਟੀ ਲਾਓ ਜੀ, ਤ੍ਰਿਪਾਠੀ ਕਰੋ, ਬ੍ਰਹਮਾ ਵਿਸ਼ਨੂੰ ਵਾਕ ਤ੍ਰਾਇਆ ਤਤ। ਉਹ ਤਾਂ ਸਾਰਿਆਂ ਨੂੰ ਪਤਾ ਹੈ, ਜਿੱਧਰੋਂ ਸੱਜਣ ਆਇਆ ਹੈ ਉਹਨੇ ਉਸੇ ਪਾਸੇ ਚਲੇ ਜਾਣਾ। ਵੇਦ ਪੁਰਾਣ ਸ਼ਾਸਤਰ ਦੀ ਕਥਾ ਹੁੰਦੀ ਹੈ, ਚਲੋ ਦੂਰ ਕੀ ਜਾਣਾ ਹੈ, ਅਸੀਂ ਕਿਸੇ ਸ਼ੋਕ ਸਭਾ ਵਿੱਚ ਜਾਂਦੇ ਹਾਂ, ਪਹਿਲੀ ਗੱਲ ਤਾਂ ਅਸੀਂ ਬਾਹਰ ਹੀ ਖੜੇ ਰਹਿੰਦੇ ਹਾਂ, ਅੰਦਰ ਆਉਣ ਦਾ ਨਾਂ ਨਹੀਂ ਲੈਂਦੇ। ਜੇ ਅੰਦਰ ਆਉਂਦੇ ਹੈ ਨਮਸਕਾਰ ਕਰਕੇ ਅਸੀਂ ਬੈਠਦੇ ਹਾਂ, ਇਹ ਨਹੀਂ ਪਤਾ ਕਿ ਪੰਡਿਤ ਗੁਰੂ ਗ੍ਰੰਥੀ ਕੀ ਪੜ੍ਹਦਾ ਪਿਆ, ਅਸੀਂ ਅਮਲ ਨਹੀਂ ਕਰਦੇ। ਜੇ ਅਮਲ ਕਰਨੇ ਹੈ ਤੇ ਗਿਆਨ ਨੂੰ ਪ੍ਰਾਪਤ ਨਹੀਂ ਕਰਦੇ, ਤੇ ਫਿਰ ਗਿਆਨ ਦਾ ਫਾਇਦਾ ਕੀ ਦੱਸਿਆ ਗਿਆ। ਮਹਾਰਾਜ ਨੇ ਕੀ ਕਿਹਾ, ਬੁੱਲਿਆ ਰੱਬ ਤੈਥੋਂ ਵੱਖ ਨਹੀਂ ਪਰ ਵੇਖਣ ਵਾਲੀ ਤੇਰੇ ਕੋਲ ਅੱਖ ਹੈ। ਕਿਆ ਮੰਦਰ ਦੇ ਵਿੱਚ ਰੱਬ ਬੈਠਾ, ਗੁਰਦੁਆਰਾ ਗਿਰਜਾਘਰ ਮਸੀਤਾਂ ਵਿੱਚ ਰੱਬ ਬੈਠਾ, ਧਾਰਮ ਸਥਾਨ ਬਣਾਇਆ ਇੱਕ ਮਨ ਦੀ ਸ਼ਾਂਤੀ ਵਾਸਤੇ, ਇਕਾਗਰਤ ਚਿੱਤ ਹੋ ਕੇ ਮਨ ਨੂੰ ਸਕੂਨ ਮਿਲਦਾ।
परमात्मा का अंदर बैठा है चौकड़ी लगा के जिन्हों चेतन रूप है शक्ति एक आत्मा का दर्जा देनी है महाराज कहते हैं मैं तो तेरे अंदर चौकड़ी लगा के बैठा एक बारी झंझोल अपने शरीर को मैं तेनों अंदरों प्रगट होके दर्शन दे दिया किन्ने नहीं मरना जब गुरबाणी में शब्द लिखा ना कि जो अवश्य ही भावी भावा नाम अगर ओ नार इससे ताकत होती है मरिया होया इंसान जिंदा हो सकता ते भगवान राम जी कभी दुखा प्राप्त ही ना राजा नाले ओंदे कोल कभी दुख ना आते धर्मराज युधिष्ठिर कभी दुखा का सामना ना करे इस संसार है कि चौहान साहब के दुखा का घर है कंडिया की बार है कई आने ना कि नानक दुखी है सब संसार रोज पता सारे मारे कहते हैं बंदे रस्सिया नाल छुट जाएगा जेड़ा इस वो माया की जंजाल असि फिर भी नहीं छड़ते असि रोंदे पिताप कर रहे आंसू बहाने साडा प्राणी करा गया कोई ना कोई कारण तो बंदे ना मौत का मैनू मौत तो गल याद आ भगवान प्रभु की कृपा अनुसार एक बार श्री गुरु नानक देव जी महाराज बड़ी लोड़ दी विच बैठे एक गल सुन वाली बैठे बैठे अपने सेवक मर्दानी को कहते हैं मर्दानिया मौत कितनी दूर है मर्दाना कहता है गुरु महाराज जी उठ के बाद जावांगे असीं मर जावांगे गुरु महाराज कहते भाई सजना बड़ी सियानी गल की बाले भी पूछिया बाला कहना महाराज जी उन्हें मर जावे गुरु महाराज कहते कि वह सजना उस तो भी ज्यादा सियानी गल कर दी है गुरु महाराज ने ना थोड़ा रोष प्रकट हो एक होंगे क्रोध एक होंगे रोष क्रोध असी लड़ के कर लिया रोष कितों कटेंगे परमात्मा बंदे ना भी रोष निकल जिस वक्त मन के थोड़ा रोष प्रकट हो गया ना उन्होंने मन दे विचार किया बाले मरदाने सारी उम्र साडे नाल रह के साडे पूरे कदरती क्या गुरु कह दिता ते तुसी शिष्य हो गए गुरु का मतलब जानते हो पंडित जी के कार के विच कढ़ के तुहानू दर्श मार्ग की खा देवे ना उन्हों तुसी गुरु महाराज का दर्जा प्रदान करवा सके गलू बड़ी गहराई में लैंदा मरदाना कहता है गुरु महाराज जी साड़ी एक छोटी जी बेनती है दीपक की वैल्यू की है जबकि दूसरा साहब दीपक के थले खुद अंधेरा होंदा लोगों को ज्ञान
ਅਸੀਂ ਲੋਕ ਗਿਆਨ ਦੇਣ ਵਾਲੇ ਵੀ ਕਿਸੇ ਵਕਤ ਅੰਤਕਾਲ ਦੇ ਵਿੱਚ ਫਟ ਕੇ ਜਾਂਦੇ। ਪਿਤਾ ਦੇ ਅੱਗੇ ਪੁੱਤਰ ਦੀ ਅਹਿਮੀਅਤ ਕੀ ਦੱਸੀ ਗਈ। ਰੋਜ਼ ਤੁਸੀਂ ਰਾਮ ਰਾਮ ਕਰਦੇ, ਪੰਡਿਤ ਜੀ ਨੇ ਦਾਸਿਕ ਕਥਾ ਘਰ ਵਿੱਚ ਕੀਤੀ, ਰਾਮ ਨਾਮ ਦੀ ਸੁਣ ਲਗਾਈ ਹੈ, ਕਦੀ ਰਾਜਾ ਦਸ਼ਰਥ ਨੂੰ ਯਾਦ ਕੀਤਾ। ਬੱਚਾ ਚਾਰ ਪੈਸੇ ਕਮਾ ਲਵੇ ਤਾਂ ਹੁੰਦਾ, ਏਕ ਪਾਰ ਦਸ਼ਰਥ ਕਹੇ ਸਹਸਤ੍ਰ ਅੱਗੇ ਮਹਾਰਾਜ ਕੀ ਕਹਿੰਦੇ, ਕਰੋੜਾਂ ਵਾਰੀ ਰਾਮ ਦਾ ਨਾਮ ਲੈ ਲਓ, ਇੱਕ ਵਾਰੀ ਪਿਤਾ ਰਾਜਾ ਦਸ਼ਰਥ ਦਾ ਨਾਮ ਲੈ ਲਓ ਤੇ ਉਹਨਾਂ ਪੁੰਨ ਪ੍ਰਾਪਤ ਹੋ ਜਾਂਦਾ। ਕਿਹਾ ਮਹਾਰਾਜ ਜੀ ਤੁਸੀਂ ਗੁਰੂ ਤੁਹਾਡੇ ਕੋਲ ਸ਼ਿਕਸ਼ਾ ਲਈ, ਸਾਨੂੰ ਤੁਸੀਂ ਦੱਸੋ ਮੌਤ ਕਿੰਨੀ ਦੂਰ ਹੈ। ਉੱਥੇ ਗੁਰੂ ਮਹਾਰਾਜ ਜੀ ਨੇ ਇੱਕ ਸ਼ਬਦ ਕਿਹਾ ਸੀ, ਮਰਦਾਨਿਆ ਮੌਤ ਇੰਨੀ ਕੁ ਦੂਰ ਹੈ ਕਿ ਸਾ ਆਇਆ ਆਇਆ ਨਾ ਆਇਆ ਨਾ ਆਇਆ। ਅੱਜ ਲੁਥਰਾ ਪਰਿਵਾਰ ਪਰਿਵਾਰ ਦੇ ਦੋਨੇ ਬੱਚੇ ਬੈਠੇ ਆ, ਸੰਜੀਵ ਰਾਜੀਵ ਲਵ ਕੁਸ਼ਤੀ ਜੋੜੀ, ਇੱਕ ਦਾ ਸ਼ਨੀ ਮਾਲਕ ਇੱਕ ਦਾ ਸ਼ੁਕਰ, ਇੱਕ ਜੁੱਟ, ਦੋਨੇ ਮਿੱਤਰਤਾ ਦੇ ਮਾਲਕ। ਬਹੁਆਂ ਬੈਠੀਆਂ ਕੰਚਨ ਪੂਜਾ, ਉਹਨਾਂ ਦੀ ਵਿਲਾਸੀ ਮਿੱਤਰਤਾ। ਅੱਜ ਯਾਰਾਂ ਦੇ ਯਾਰ ਸਭ ਤੋਂ ਅੱਛੇ ਜਿਹੜੇ ਇਹਨਾਂ ਦੇ ਭਾਈ ਬਣੇ ਆ, ਮਿੱਤਰ ਬਣੇ ਆ, ਰਮੇਸ਼ ਜੀ ਮੇਰੇ ਕੋਲ ਬੈਠੇ। ਔਰ ਨਾਨਕਾ ਪਰਿਵਾਰ ਚੌਹਾਨ ਪਰਿਵਾਰ, ਅੱਜ ਖਾਦੀ ਮਾਲਕਨ ਚੌਹਾਨ ਪਰਿਵਾਰ ਦੀ ਬੇਟੀ ਕੱਲ ਤੱਕ ਸੁਦੇਸ਼ ਰਾਣੀ ਸੀ, ਅੱਜ ਤੱਕ ਸੁਦੇਸ਼ ਦੇਵੀ ਬਣ ਗਈ। ਜਿਹਨੇ ਪੇਕੇ ਪਰਿਵਾਰ ਨੂੰ ਤਾਂ ਚਾਰ ਚੰਦ ਲਗਾਏ ਲਗਾਏ ਆ, ਸਾਰੇ ਪਰਿਵਾਰ ਨੂੰ ਵੀ ਆਕਾਸ਼ ਦੀਆਂ ਬੁਲੰਦੀਆਂ ਦੇ ਵਿੱਚ ਲਿਜਾਣ ਵਾਲੀ ਕੁੜਮਾਚਾਰੀ ਸੱਜਣ ਪਰਿਵਾਰ, ਔਰ ਆਂਢ ਗੁਆਂਢ ਦੇ ਵਿੱਚ ਨਾਮ ਜਿਹੜਾ ਰੋਸ਼ਨ ਕੀਤਾ, ਸੁਰਿੰਦਰ ਸੀਮਾ ਡੱਲਾ ਪਰਿਵਾਰ ਦੇ ਵਿੱਚ ਜੀਵਨ ਦੇ ਬੱਚੇ ਆਨੰਦ ਲੈ ਰਹੇ। ਅੱਜ ਇੱਕ ਬੜੀ ਅੱਛੀ ਗੱਲ ਹੈ ਕਿ ਅੱਛੇ ਪਰਿਵਾਰ ਮਿਲ ਜਾਣ, ਬੱਚੇ ਅੱਛੇ ਘਰਾਂ ਦੇ ਵਿੱਚ ਚਲੇ ਜਾਣ, ਜੀਵਨ ਦਾ ਸੁੱਖ ਇੱਕ ਅਲੱਗ ਹੀ ਦੱਸਿਆ ਗਿਆ। ਅਰਜੁਨ ਪੋਤੀ ਜਿਸ ਦਾ ਸਵੰਬਰ ਬੜੇ ਲਾਲ ਚਾਵ ਦੇ ਨਾਲ ਅਰਜੁਨ ਦੇ ਨਾਲ ਕੀਤਾ, ਅੱਜ ਬੱਚਿਆਂ ਦਾ ਹੁਕਮ ਹੋਇਆ ਕਿਆ ਕਿ ਪੰਡਿਤ ਜੀ ਸਾਡੇ ਪਿਤਾ ਜਿਹੜੇ ਕਿ
जिंदगी का आनंद लैके बरादरी दे विच अपनी अहमियत बना के श्रीमान जोगिंदर पाल जी अज संसार नूं छड के चले गए। पुछया भी होया की क्या पंडित जी पासे साइलेंस अटैक अज तक यह नहीं समझ आई साइलेंस अटैक की बीमारी की है कष्ट की है। किसी पुराण दे विच दस्या कि बीमारी भी है कष्ट भी है मारे कहते नहीं इनू कहते कर्म भोग। गुरबाणी दे विच एक शब्द लिखिया है जो जो पीसे सो सो रोगी रोग रहत मेरा सतगुरु जोगी। गुरु महाराज कहते जो तू बीजिया तेनू कटना उही पैना है। अज कहने जी को कष्ट नहीं आया जी मिनटा में प्राणी चले गए की पता साडे अंदर कष्टा के भंडार किन्ने के लगे हुए है। एक बहाना बनता है अटैक होया जी पिता ही चले गया जी। अज मैं संजीव जी ये दसो थोड़े पिता जी गया कितने पिता का घर में सुता पे जगाते क्यों नहीं गए जगाने वाली ताकत कितने गई जगाने वाली शक्ति कितने गई। कहने वापसी तो बड़ी दूर तक है जी मिनटा में जेड़ा कम नहीं होंगे असं कुटकी मार के करवा लिया। मारे कहते सजना तेरिया अखा के सामने तेरे सज्जन मैं लैके चला वा जरा हम भी वाकफी दिखा दी अपनी कितने है। तुसी मेरे बुजुर्ग बैठे हो एक गल दसो बंदा झुकदा कितने जा झुकदा है संतान के अगे ते जा झुकदा है भगवान के हाथ खड़े हो गए खत्म कहानी। जोगिंदर जी नहीं गए उन्होंने अंदर जेड़े अलौकिक शक्ति के अंश सी ना वह महाशक्ति मिले कितों से इस चीज का ज्ञान तो हम पूरा है। गुरबाणी में एक शब्द लिखे है इक्का माए जुगत बिहाए तिन किले परवान एक संसारी एक भंडारी एक लावे दीवान। इक्का माए कौन अलौकिक शक्ति अलौकिक शक्ति नु अज तक देखिया किसी ने बिल्कुल नहीं देखे। उस अलौकिक शक्ति दे कोलों कुछ अंश शक्ति ने मिलते हैं कितने रोवर नरक इक्कीवा नरक माता दी करक। बालक ने संसार के जन्म की जन्म लै लिया कि कहने मेरा पुत्र मेरी बेटी मारे कहने तू मुल खरीद मैं दिता भी हो जे मैं ना देता तो तू मेरे को खो के ले नहीं सकता। एक गल जिंदगी की होर भी याद रखना संतान ना होवे एक दुख है होके मर जावे बंदा दुख भुल जाता है। भारी जवानी में चला जावे तो कहने जी काल तमाशा करके अज तक हर घर तमाशी हो रही है। बाबा फरीद जी ने की किया वो फरीदा कोठे चढ़ चढ़ देखिया हर घर यही अग काल ने कोई नवा तांडव नहीं किया। पंडित जी ने दस्या गरड पुराण की सुरंग दिहाई विच काल दे विच ताकत किन्नी है तुहानू पता है ना जिस माड़ा विचाल आंदा सी बच्चों भूल जाने अपने आप को बचाओ कादी ममता है कद रिश्ता जींदियां दे सबे ते मोयां दा कोई
काल पृथ्वी को भोग सकता है, समेरु पर्वत को भी खा सकता है, अरे समुंदर को सुखा सकता है, तो फिर इंसान का कहना ही क्या है। राजीव जी इनको इंसान का कहना है, मैं मेरी मेरी ना कर बंदे, ना तेरी ना मेरी वे, अरे एक दिन ऐसा आवेगा तो होगा खाली जिंदगी की फोर डर। ये काल योग दे विच काल ने कह दर्शा दिता है को नवा काम नहीं किया, उन्हें गुरबाणी विच शब्द भी लिखा जे काल पाए ब्रह्मा वक्त धरा, काल पाए शिव की अवतरा, काल पाए कर विष्णु प्रकाश सकल काल का किया तमाशा। जिंदगी विच एक गल याद रखना बुजुर्ग, कभी किसी का तमाशा ना देखा। पता नहीं महाराज ने किस वक्त तेरे घर के विच तमाशा कर, आज आग उनके घर लगी है, कल तेरे घर के विच जरूर लगी। संजीविका भी आएगा हो गया कर्म, या सब तो वड्डा बेटा करवा सकता है ते या सब तो छोटा बेटा, उसका लाभ उसकी जोड़ी हो दोनों की तुसी कोई भी करवा सकते। संजीव की ड्यूटी पुराने वस्त्र उतार लो, मैं वस्त्र धान का लो, शव यात्रा बन गई। अश्वमेधम सहज क्रिया का पूर्ण फल प्राप्त नारे की कहने हैं क्या करवा जी, राम नाम है सच है सच नानक वो संस्कार का बेटा। पहले दिन पांच पिंड दिखती है तुम सोचियो, चार पिंड चौथे वाले दिन अठ बलिया, आ पंडित जी अपने प्रोत नु बुलाया, गरुड़ प्राण की कथा का अध्ययन किया। मैं सूक्ष्म रूपे दसांगा गरुड़ पुराण का मतलब की। नौवें दिन गंगा मैया की गोद, दसवें दिन अस्थियां जन करके आए, कंखल मां के चरण बने, दसवें दिन दस पिंड एक हाथ का शरीर बने हैं, सोलह पिंड क्रिया दे। इनकी मैं मिसाल दे दव, रमेश जी इस वक्त प्राणी को घर के लटाया होंगे ना, आत्मा नहीं होंगी नहीं मिट्टी होंगी है, उदा ही सोलह पिंड बनते हैं, ब्रह्मा विष्णु महेश भूत प्रीत इत्यादि सारे के निमित्त एक एक। वह शरीर इस वक्त बनता है ना, वह शरीर के आत्मा पाते हैं, आत्मा कि पाई है। संजीव जी तुहाडे पिता जोगिंदर जी का पिंड पहला तुहाडे दादा जी विच मिलाया, दादे का नाम लिया, फिर पड़दादे का नाम लिया, फिर वृद्ध पिता का नाम लिया, तुहाडा प्राणी सीधा पितरियों की पंक्ति में जाके सम्मिलित हो गया। कई बार दुख दे रहे जी, प्राणी कभी दुख नहीं देता, वह कहता बेटा मैं कोई नाम लेके नहीं आया, मेरे जिंदगी में थोड़ा समय करके तू करम करवा, मैंने और कुछ नहीं चाहिए, जिंदे नाल मैं पितरियां दी पंक्ति में जाके सम्मिलित हो सके। अगर नहीं होया नहीं होना या कदम तुसी विच साइलेंस आ गए के नरेने बलि लिखी होती है गया नहीं विच गया नहीं ते फलगो फलगो नहीं पिहेवा, उत्थे सोलह दिन लगते हैं, इतने सोलह मिनट लगते हैं। मारे कहते हैं तुसी अपनी आस्था के नाम कर्म करवा दिता है, एक करने वाले ने पता है कि कर जैसा अन्न वैसा मन, वो इको गल कहते हैं मां मतलब मैं अज तक इस चीज की समझ नहीं आई, मैं भी 42-43 साल काम हो गए कर दिया है, शास्त्र कभी छूटती हो महामतरंजे चीनी की ताकत है कि मुर्दे में जान पा रहा है। मेघनाथ करन लगा सी
भविष्य ने किया प्रभु के हो गया ये अमर हो जाएगा ये वंश का अंत है। अज जेड़ा नाम हुंदे मां देखो सी लोग तो सारे दुखी असी किन्ने सुखी कोई शरीर दुख तान दुख मान दुख भैन भाई साथ संबंधी कोई ना कोई मारे ये कहते हैं चिंता ये तो चिंता छड़ दे सुचिंतन सुचिंतन हमदा नहीं कि व्यक्ति कह रहे कि चिंता तो हम ही कीजिए गुरुवार ने कहा चिंता जेड़ा बने है उन्हें ही टुकना है जेड़ा जमे है उसने मरना है। महामतरंजय का मतलब है कि मौत के उत्ते विजय की प्राप्ति है। एक 84 अक्षर पिछले 8 अक्षर उल्टे पढ़ने जाए एक साल मंत्र पढ़िया जाए तो मंत्र की शुद्धता है जिथे सा ले लेंगे मंत्र खंडित हो जाए। अज ब्राह्मण पंजाब ने 1,25,000 मंत्र जजमान दे को मान के ले लो दिन की बाकियों में दुखेगा नहीं जेड़ा अंधविश्वासा में पा के अज वैसे देखे भी जाए पंजाबी ब्राह्मण केड़े चांदी रह हर बंदा धोती कुत्ता लाल सब ब्राह्मण है। ब्राह्मण का अगे होंगे सी पुरोहित ਇਹ ਸਾਡੇ ਕੋਲ ਤਾਂ ਪ੍ਰੋਹਤ ਹੈ ਜਿੱਦਾਂ ਪੰਡਿਤ ਜੀ ਬੈਠੇ ਸਾਡੇ ਪਰਿਵਾਰ 30-40-50 ਸਾਲ ਤੋਂ ਆ ਰਹੇ ਨੇ। ਪ੍ਰੋਹਤ ਦਾ ਮਤਲਬ ਹੈ ਕਿ ਜਜਮਾਨ ਦਾ ਹਿੱਤ ਕਰਨਾ। ਅੱਜ ਕੋਈ ਗੱਲਾਂ ਨਹੀਂ ਰਹੀਆਂ ਮਹਾਰਾਜ ਕਹਿੰਦੇ ਆ ਇਸ ਵਾਸਤੇ ਮਹਾਮਤਰੰਜੇ ਦਾ ਮਤਲਬ ਹੈ ਕਿ ਹੇ ਪ੍ਰਭੂ ਜਿਸ ਤਰ੍ਹਾਂ ਇੱਕ ਖਰਬੂਜਾ ਪੱਕ ਜਾਂਦਾ ਹੈ ਆਪਣੇ ਆਪ ਵੇਲ ਨੂੰ ਛੱਡ ਦਿੰਦਾ ਹੈ ਉਸੇ ਤਰ੍ਹਾਂ ਨਾਲ ਹੱਸਦਾ ਖੇਡਦਾ ਪਰਿਵਾਰ ਹੋਵੇ ਮੈਨੂੰ ਤਕਲੀਫ ਨਾ ਆਵੇ ਮੈਂ ਮਿੰਟਾਂ ਵਿੱਚ ਤੇਰੇ ਚਰਨਾਂ ਦੇ ਵਿੱਚ ਵਾਸ ਕਰ ਜਾਵਾਂ। ਅੱਜ ਮੇਰਾ ਖਿਆਲ ਜਿਹੜਾ ਜੋਗਿੰਦਰ ਜੀ ਦਾ ਇਹੀ ਪ੍ਰਮਾਣ ਹੋਇਆ। ਹਾਂ ਇਹ ਹੈ ਪੋਤੀ ਵਿਆਹੀ ਸੀ ਇੱਕ ਪੋਤੇ ਦਾ ਵਿਆਹ ਹੋ ਜਾਂਦਾ ਠੀਕ ਹੈ ਉਧਰੋਂ ਪੋਤੀ ਵੱਲੋਂ ਵੀ ਅੱਗੋਂ ਵੀ ਮਹਾਰਾਜ ਨੇ ਰੰਗ ਲਾ ਦਿੱਤੇ ਪੋਤੇ ਦਾ ਵਿਆਹ ਫਿਰ ਕਹਿੰਦੇ ਸੋਨੇ ਦੀ ਪੌੜੀ ਚੜ੍ਹ ਗਏ ਜੀ ਸਾਡਾ ਮਹਾਰਾਜ ਦਾ ਰੰਗ ਹੋ ਗਿਆ ਬਾਕੀ ਸਾਰਾ ਉਸ ਮਾਲਕ ਨੂੰ ਮਨਜ਼ੂਰ ਹੈ ਉਹਦੇ ਹੁਕਮ ਤੋਂ ਬਗੈਰ ਨਾ ਕੋਈ ਪੱਤਾ ਹਿੱਲਿਆ ਤੇ ਨਾ ਕੋਈ ਹਿੱਲ ਸਕਦਾ ਹੈ। ਅੱਜ ਗਰੜ ਪੁਰਾਣ ਦੀ ਗਾਥਾ ਦਾ ਭੋਗ ਪਾ ਦਿੱਤਾ ਜਾਏਗਾ ਔਰ ਇੱਕ ਦਿਨ ਆਪਣੇ ਘਰ ਦੇ ਵਿੱਚ 15ਵੇਂ ਜਾਂ 16ਵੇਂ ਜਾਂ 17ਵੇਂ ਦਿਨ ਪੰਡਿਤ ਜੀ ਨੂੰ ਬੁਲਾ ਕੇ ਹਮਤ ਕਰਵਾਉਣਾ ਜਿੱਥੇ ਅਸੀਂ ਪ੍ਰਾਣੀ ਨੂੰ ਲਟਾਨੀ ਹੈ ਉਹ ਪ੍ਰੇਤਾਂ ਦੀ ਜਗ੍ਹਾ ਹੈ। ਗੋਮਾਨ ਨਾ ਕਰੀ ਤੇਰੀ 4 ਦਿਨ ਦੀ ਹੈ ਜਿੰਦਗਾਨੀ ਕੇ ਪੰਦਿਆ ਗੋਮਾਨ ਨਾ ਜਾਨਵਰ ਦੀ ਮਿੱਟੀ ਹਰ ਕੰਮ ਆਉਂਦੀ ਹੈ ਇਸ ਮਿੱਟੀ ਦਾ ਮੁੱਲ ਇੱਕ ਪੈਸਾ ਵੀ ਕਹਿੰਦਾ ਥੋੜੀਆਂ ਦਿਨਾਂ ਹੈ ਬਹਾਰ ਦੀ ਕਿ ਸਫੇਦੀਆਂ ਖਿਲਾਰ ਦੀ ਉਹ ਸਦਾ ਲੈਣੀ ਨਹੀਂ ਬਾਲ ਅਵਸਥਾ ਜਵਾਨੀ ਬੁਢਾਪਾ ਖਤਮ ਕਹਾਣ ਕਰੀ ਕਵੀ ਨੇ ਸ਼ਬਦ ਲਿਖਿਆ ਹੱਡੀਆਂ ਦੀ ਮੁੱਠ ਤੇਰੀ ਦੇਹੀ ਦਾ ਸਮਾਨ ਮੇਰੇ
ਖੈਰੇ ਕਿਹੜੀ ਗਾਲੀ ਉੱਤੇ ਤੈਨੂੰ ਅਭਿਮਾਨ ਵੀ ਅਭਿਮਾਨ ਕਾਹਦਾ ਕਰਨਾ ਬਾਲਕ ਜਨਮ ਲੈਂਦਾ ਹੈ ਸੰਜੀਦੀ ਇੱਟਾ ਖੋਦਦਾ ਜਿਸ ਸਵਾਗਤ ਨੇ ਪ੍ਰਾਣੀ ਨੂੰ ਲੈ ਕੇ ਜਾਂਦੇ ਹੈ ਉਹ ਵੀ ਇੱਡੀ ਸਾਰੇ ਨੂੰ ਪਤਾ ਹੈ ਕਿਹੜੇ ਸ਼ਾਸਤਰ ਵਿੱਚ ਲਿਖਿਆ ਜੀ ਅਸਤੀਆਂ ਘਰ ਲੈ ਕੇ ਨਾ ਆਉਣੀ ਕਿਹੜੇ ਸ਼ਾਸਤਰ ਵਿੱਚ ਲਿਖਿਆ ਜੀ ਐਤਵਾਰ ਚੌਥਾ ਨਾ ਕਰੋ ਜੀ ਕਿਹੜੇ ਸ਼ਾਸਤਰ ਲਿਖਿਆ ਜੀ ਬੁੱਧਵਾਰ ਚੌਥਾ ਨਾ ਕਰੋ ਜੀ ਮਹਾਰਾਜ ਕਹਿੰਦੇ ਆ ਦੁੱਖ ਦੇ ਵਿੱਚ ਇਹਨੂੰ ਕਹਿੰਦੇ ਆ ਪਾਤਕ ਪਾਤਕ ਦੇ ਵਿੱਚ ਨਾ ਕੋਈ ਸੰਗਰਾਂਦ ਨਾ ਕੋਈ ਮੱਸਿਆ ਨਾ ਪੂਰਨਮਾਸ਼ੀ ਨਾ ਕੋਈ ਦੀਵਾਲੀ ਨਾ ਕਰਵਾ ਚੌਥ ਨਾ ਐਤ ਨਾ ਸੋਮ ਕੁਛ ਵੀ ਨਹੀਂ ਦੱਸਿਆ ਗਿਆ ਦੁੱਖ ਵਾਸਤੇ ਸਾਰੇ ਦਿਨ ਨੇ ਇੱਕ ਸਮਾਨ ਦੱਸੇ ਐਡੀ ਪੋਟਲੀ ਬਣ ਗਈ ਲੈ ਜਾਓ ਘਰ ਵਿੱਚ ਲੈ ਕੇ ਨਾ ਕਵੀ ਨੇ ਸ਼ਬਦ ਹੀ ਲਿਖਿਆ ਜਿਸਮ ਇਨਸਾਨ ਕਾ ਕਿਆ ਹੈ ਤੁਮੇ ਹੱਡੀਆਂ ਜਾਏਗੀ ਇਸ ਜਗਤ ਦੇ ਵਿੱਚ ਕਈ ਆਏ ਪੰਛੀ ਤੇ ਤਰ੍ਹਾਂ ਤਰ੍ਹਾਂ ਦੀਆਂ ਬੋਲੀਆਂ ਬੋਲ ਗਏ ਨੇ ਚੁੱਗ ਗਏ ਨੇ ਹੰਸਾਂ ਦੇ ਵਾਂਗ ਮੋਤੀ ਤੇ ਕੂੜਾ ਵਾਂਗ ਕਾਵਾਂ ਫੋਲ ਗਏ ਨੇ ਕੌਡੀ ਇੱਕ ਨਾ ਚੱਲੇ ਹੋਏ ਨਾਲ ਤੇਰੇ ਛੋੜ ਗਏ ਨੇ ਸਾਈ ਦਾਸਾ ਜਹਾਨ ਤੋਂ ਉਹ ਖੱਟ ਗਏ ਤੇ ਸੱਚ ਬੋਲ ਗਏ ਤੇ ਜਿਹੜਾ ਪੂਰਾ ਤੋਲ ਗਏ ਸਮਾਨ ਵੀ ਉਹ ਖੈਰ ਕਿਹੜੀ ਗਾਲੀ ਉੱਤੇ ਤੈਨੂੰ ਅਭਿਮਾਨ ਵੀ ਅਭਿਮਾਨ ਨਾ ਕਰ ਚਾਰ ਦਿਨ ਕੀ ਚਾਂਦਨੀ ਫਿਰ ਅੰਧੇਰੀ ਰਾਤ ਚਾਰ ਦਿਨ ਸੁੱਖ ਦੀ ਮਿਲੀ ਹੈ ਬਤੀਤ ਕਾਰੇ ਔਰ ਆਪਣਾ ਅਲਵਿਦਾ ਹੋ ਜਾਏਗਾ ਅੰਤ ਦੇ ਸ਼ਬਦ ਦੇ ਵਿੱਚ ਮਹਾਰਾਜ ਨਿਸ਼ਾਨ ਤੇਰਾ ਲੈਣ ਬੰਦਿਆ ਕੇ ਗੁਰੂ ਮਹਾਰਾਜ ਕੀ ਕਹਿੰਦੇ ਆ ਬੰਦਿਆ ਇਹੋ ਜਿਹਾ ਕੰਮ ਕਰਕੇ ਚਲਾ ਜਾ ਦੁਨੀਆਂ ਤੈਨੂੰ ਮਰਨ ਤੋਂ ਬਾਅਦ ਵੀ ਯਾਦ ਰੱਖੇ ਮੇਰਾ ਬਾਪ ਪਰਿਵਾਰ ਨਾਨਕਾ ਦਾਦਕਾ ਪਿਤਾ ਸਾਰਾ ਪਰਿਵਾਰ ਸਾਰੇ ਸੱਜਣ ਅੱਜ ਜਿੰਨੇ ਵੀ ਅੱਜ ਰਾਜਨੀਤਿਕ ਸਮਾਜਿਕ ਸਾਰਾ ਸ਼ਰਾਬ ਪਿਆਰ ਸਾਰਾ ਪ੍ਰਬੰਧ ਸਗਰ ਸਾਰੀਆਂ ਮਸਤੀਆਂ ਔਰ ਇਸ ਇਲਾਕੇ ਦੇ ਸਾਡੇ ਜਿੰਨੇ ਵੀ ਸ਼੍ਰੀ ਰਿੰਕੋ ਜੀ ਵਿਧਾਇਕ ਭਗਤ ਚੁਨੀ ਲਾਲ ਜੀ ਔਰ ਸਿਮਰਨਜੀਤ ਸਿੰਘ ਬੰਬੀ ਔਰ ਖਾਸ ਤੌਰ ਤੇ ਸ਼ੀਤਲ ਜੀ ਮੇਰਾ ਗੱਲ ਹੋਈ ਸੀ ਜਾਂ ਕਿ ਪੰਡਿਤ ਜੀ ਮੇਰਾ ਬਹੁਤ ਪਿਆਰ ਹੈ ਮੇਰੇ ਵੱਲੋਂ ਵੀ ਸ਼ਰਧਾ ਸੁਮਨ ਦੇਵੀ ਕਲਾ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼ੀਤਲ ਬਿੱਟੀ ਵੱਲੋਂ ਵੀ ਸ਼ਰਧਾ ਸੁਮਨ ਅਰਪਣ ਕਰਦੇ ਹੋਏ ਅੰਤ ਦੇ ਸ਼ਬਦ ਦੀ ਵਿਆਖਿਆ ਕੀਤੀ ਜਾਨੀ ਕੋਈ ਇਹੋ ਜਿਹਾ ਅਰੇ ਕੰਮ ਤੋਂ ਕਮਾ ਕੇ ਜਾਗ ਵਾਲੇ ਨਾਮ ਤੇਰਾ ਲੈ ਕੇ ਵੱਡਿਆ ਔਰ ਜਦੋਂ ਛੇੜੇ ਤੇਰੀ ਭੂਤੇ ਕਹਾਣੀ ਜਦ ਵੀ ਅੱਛਾ ਕਰਮ ਕਰੋਗੇ ਤੇਰੇ ਪਿਤਾ ਦੀ ਯਾਦ ਆਏਗੀ ਔਰ ਕਿ ਬੰਦਿਆ ਗੁਮਾਨ ਨਾ ਕਰੀ ਕਿ ਬੰਦਿਆ ਗੁਮਾਨ ਨਾ ਕਰੀ ਕਾਹਦਾ ਹੁਸਨ ਦਾ ਦੌਲਤ ਦਾ ਸ਼ੌਰਫ ਕਿਸੇ ਨੇ ਪੁੱਛਾ ਕਿ ਤੇਰਾ ਜਜ਼ਬਾਤ ਕਿਤਨਾ ਹੈ ਕਿਸੇ ਨੇ ਪੁੱਛਾ ਕਿ ਜੋਰ ਜਲਾਲ ਕਿਤਨਾ ਹੈ ਕਿਸੇ ਨੇ ਪੁੱਛਾ ਕਾਰੋਬਾਰ ਔਰ ਪਰਿਵਾਰ ਕਿਤਨਾ ਹੈ ਸਜਣੋ ਆਜ ਤੱਕ ਇਹ ਬਾਤ ਕਵਿਚ ਜੋਗਿੰਦਰ ਜੀ ਦੇ ਬਹੁਤ ਹੀ ਨਜ਼ਦੀਕੀ ਦੋਸਤ ਅੰਮ੍ਰਿਤਸਰ ਮਾਂ ਵੈਸ਼ਨੋ ਦੇਵੀ ਮੰਦਰ ਦਾ ਦਰਬਾਰ ਸਾਨੂੰ ਅੱਜ ਵੀ ਯਾਦ ਹੈ ਮੈਂ ਅੱਜ ਦੀਆਂ ਗੱਲਾਂ ਨਹੀਂ ਕਰਦਾ ਮੈਂ 4500 ਪੁਰਾਣੀ ਪਹਿਲਾਂ ਗੱਲਾਂ ਕਰਨਾ ਸਾਡੇ ਸਵਰਗੀ ਸ਼੍ਰੀ ਲਾਲ ਚੰਦ ਜੀ ਕਾਜੀ ਮਹੱਲੇ ਵਿੱਚ ਮੇਰੇ ਮੰਦਰ ਦੇ ਨਾਲ ਹੀ ਉਹਨਾਂ ਦਾ ਘਰ ਔਰ ਉਹਨਾਂ ਦੀ ਬੇਟੀ ਮਾਂ ਲਾਲ ਦੇਵੀ
ਮੰਦਰ ਦੀ ਜਿਹੜੀ ਅੱਜ ਉਸ ਅਸਥਾਨ ਤੋਂ ਵੀ ਵਿਜੇ ਕੁਮਾਰ ਸ਼ਰਮਾ ਜੀ ਵੀ ਅੱਜ ਸਾਡੇ ਵਿੱਚ ਪਹੁੰਚੇ ਆ, ਸਾਰੇ ਸੱਜਣ ਪਹੁੰਚੇ ਆ। ਮੈਂ ਖੈਰ ਕਿਸ ਕਿਸ ਦਾ ਨਾਮ ਲਵਾਂ, ਸਾਰੇ ਬਰਾਦਰੀ ਵੱਲੋਂ, ਸਾਰੇ ਸੱਜਣਾਂ ਵੱਲੋਂ ਹਲਚਲ ਔਰ ਫਾਸਟ ਵੇ ਔਰ ਜਿੰਨੇ ਵੀ ਸੱਜਣ ਅੱਜ ਸਾਡੇ ਕੋਲ ਪਹੁੰਚੇ ਆ, ਸਾਰਿਆਂ ਵੱਲੋਂ ਅੱਜ ਸ਼ਰਧਾ ਸੁਮਨ ਮੈਂ ਸਵਰਗੀ ਸ਼੍ਰੀ ਜੋਗਿੰਦਰ ਪਾਲ ਜੀ ਦੇ ਚਰਨਾਂ ਵਿੱਚ ਅਰਪਣ ਕਰਨਾ। ਹੁਣ ਪੰਡਿਤ ਜੀ ਗੱਡੂ ਪ੍ਰਾਂਤ ਦੀ ਗਾਥਾ ਨੂੰ ਕਹਿਣਗੇ, ਅਗਲੀ ਕਾਰਵਾਈ ਉਸ ਤੋਂ ਬਾਅਦ ਕੀਤੀ ਜਾਵੇਗੀ। ਜੀਵਨ ਆਗੇ ਵੀ ਸੁਖੀ ਹੈ ਔਰ ਇਸ ਮ੍ਰਿਤਯੂ ਲੋਕ ਮੈਂ ਵੀ ਸੁਖੀ ਹੈ। ਅਗਰ ਕੋਈ ਇਨਸਾਨ ਦੁਸ਼ਕਰਮ ਕਰਕੇ ਜਾਂਦਾ ਹੈ ਤੋ ਇਸ ਮ੍ਰਿਤਯੂ ਲੋਕ ਮੈਂ ਵੀ ਦੁਖੀ ਹੁੰਦਾ ਹੈ ਔਰ ਆਗੇ ਜਾ ਕਰਕੇ ਉਸਕੋ ਕੀਏ ਹੋਏ ਕਰਮੋ ਕਾ ਫਲ ਆਤਮਾ ਕੋ ਭੋਗਣਾ ਪੜਤਾ, ਪੀੜਾ ਹੋਤੀ ਹੈ ਔਰ ਵਹਾਂ ਜਾ ਕਰਕੇ ਵੀ ਦੁਖੀ ਹੋਤਾ ਹੈ। ਤੋ ਆਏ ਕਥਾ ਕੀ ਔਰ ਸਮਾਪਤੀ ਕੋ ਚਲੇ। ਸਾਰੀ ਕਥਾ 16 ਅਧਿਆਇ ਮੈਂ ਵਿਸ਼ਨੂੰ ਭਗਵਾਨ ਮਹਾਰਾਜ ਜੀ ਗੜੀ ਕੋ ਸੁਣਾ ਦੇ ਅੰਤ ਮੈਂ ਕਹਾ, ਭਗਵਾਨ ਵਿਸ਼ਨੂੰ ਮਹਾਰਾਜ ਕਹਿੰਦੇ ਕਿ ਉਹਨੂੰ ਜੋ ਮ੍ਰਿਤਯੂ ਕੇ ਵਾਰਦਾ ਸੇ ਤੱਕ ਕਥਾ ਕੋ ਸੁਣਤੇ ਹੈ ਵੀ ਪਾਪੋ ਸੇ ਛੂਟ ਕਰ ਅੰਤ ਮੈਂ ਮੁਕਤੀ ਕੋ ਪ੍ਰਾਪਤ ਹੋ ਜਾਤੇ ਹੈ। ਔਰ ਇਹ ਕਥਾ ਹੈ ਪੁੱਤਰ ਕੀ ਸਾਰੀ ਪ੍ਰਕਾਰ ਸੇ ਕਾਮਨਾ ਕੋ ਪੂਰਨ ਕਰਨ ਵਾਲਾ। ਜੋ ਨਾਸਤਿਕ ਲੋਕ ਨਾ ਤਾਂ ਇਸ ਕਥਾ ਕੋ ਕਰਤੇ ਹੈ ਨਾ ਸੁਣਤੇ ਹੈ, ਭਗਵਾਨ ਕਹਿੰਦੇ ਕਿ ਉਨਕੋ ਪੁੱਤਰ ਕਹਿਣ ਕਾ ਕੋਈ ਵੀ ਹੱਕ ਨਹੀਂ। ਜੋ ਮਾਤਾ ਪਿਤਾ ਕੇ ਮ੍ਰਿਤ ਹੋਣੇ ਪਰ ਇਸ ਕਥਾ ਕੋ ਸੁਣਤਾ ਹੈ ਉਸਕੇ ਮਾਤਾ ਪਿਤਾ ਮੋਕਸ਼ ਪ੍ਰਾਪਤ ਹੋ ਜਾਤੇ ਹੈ ਔਰ ਪੁੱਤਰ ਸੰਤਾਨ ਵਾਲਾ ਹੁੰਦਾ ਹੈ। ਜਿਸਨੇ ਨਾ ਕਥਾ ਸੁਣੀ ਨਾ ਗਿਆ ਜਾ ਕਰਕੇ ਸ਼ਰਾਧ ਕੀਆ ਨਾ ਮਾਸਿਕ ਸ਼ਰਾਧ ਕੀਆ, ਭਗਵਾਨ ਕਹਿਣ ਕੇ ਕਰੋੜਾ ਉਸਕੋ ਪੁੱਤਰ ਕੈਸੇ ਕਹਾ। ਇਸ ਲਈ ਸਭੀ ਪ੍ਰਯਤਨ ਸੇ ਕਥਾ ਕੋ ਸੁਣਨੀ ਚਾਹੀਏ। ਇਸਕੇ ਸੁਣਨੇ ਮਾਤਰ ਸੇ ਹੀ ਮੋਕਸ਼ ਕੀ ਪ੍ਰਾਪਤੀ ਹੁੰਦੀ ਹੈ ਔਰ ਅੰਤ ਮੇਂ ਪ੍ਰਾਣੀ ਉਸ ਪਰਮ ਪਿਤਾ ਪਰਮਾਤਮਾ ਕੇ ਚਰਣੋਂ ਮੈਂ ਮੰਗਲਾ ਮੈਂ ਪੁੰਡੇ ਆਸ਼ਰਮ ਮੰਗਲਾਏ ਤਰਹੀ ਵੋ ਵਿਸ਼ਨੂੰ ਭਗਵਾਨ ਮਹਾਰਾਜ ਜੀ ਸ਼੍ਰੀਮਨ ਅਨੇਕ ਪ੍ਰਕਾਰ ਸੇ ਮਹਾਤਮਾ ਕੇ ਪ੍ਰਤੀ ਸ਼ਰਧਾ ਕੋ ਪੁਸ਼ਪ ਅਰਪਿਤ ਕੀਏ। ਤੋ ਇਸ ਸਮੇਂ ਹਮਾਰੇ ਪਾਸ ਕੁਛ ਸ਼ੋਕ ਪ੍ਰਸਤਾਵ ਵੀ ਪਹੁੰਚੇ ਹੈ ਸ਼੍ਰੀ ਹਰਸਿਮਰਜੀਤ ਸਿੰਘ ਬੰਟੀ ਡਿਪਟੀ ਮੇਜਰ, ਉਨਕੀ ਔਰ ਸੇ ਵੀ ਸ਼ੋਕ ਪ੍ਰਸਤਾਵ ਪਹੁੰਚਾ ਹੈ, ਨਹੀਂ ਪਹੁੰਚ ਸਕਦੇ ਸਮੇਂ ਪਰ ਹਮਾਰੀ ਔਰ ਸੇ ਵੀ ਉਸ ਦਿਵੰਗਤ ਆਤਮਾ ਕੇ ਪ੍ਰਤੀ ਸ਼ਰਧਾ ਕੇ ਪੁਸ਼ਪ ਅਰਪਿਤ ਕਰਨੇ ਹੈ। ਔਰ ਵੀ ਬਹੁਤ ਸੇ ਸਵਾਰੀ ਸਮਾਜਿਕ ਧਾਰਮਿਕ ਬੰਧੂ ਵਰਗ ਇਕੱਤ੍ਰਿਤ ਹੋਏ ਹੈ, ਆਈਏ ਅਗਰ ਉਸ ਨੂੰ ਉਠਾ ਲੱਗ ਕੇ ਆਏ ਤਾਂ ਮੈਂ ਕਹੂੰਗਾ ਪਰਿਵਾਰ ਵਾਲੇ ਜੋ ਪਗੜੀ ਲੈ ਕੇ ਆਇਆ ਉਹ ਕਿਰਪਾ ਅੱਗੇ ਆ ਜਾਈਏਗਾ ਤਾਂ ਕਿ ਹਮ ਉਠਾ ਲੈ ਕੇ ਰਸਮ ਕਰ ਸਕੇ। ਅਗਨੀ ਹੈ ਚਾਹੇ ਕਾ ਪ੍ਰਸ਼ਾਦ ਗ੍ਰਹਿਣ ਕਰਕੇ ਜਾਏ। ਬੱਚੋ ਨੇ ਆਪਣੇ ਬਜ਼ੁਰਗੋ ਕੇ ਲਈ ਸ਼ਾਸਤਰ ਕਹਿਤਾ ਕਿ ਘਰ ਮੇਂ ਦੁੱਖ ਹੋ ਚਾਹੇ ਸਿੱਖੇ ਲਈ ਗਾਇਬ ਕੀ ਨਿੰਦੋ ਕਾ ਬਚਾਰ ਸਭੀ ਮਿਲ ਕਰਕੇ ਬਸੋ ਕਹਾਂ ਜਾ ਕੇ ਬਹੁਮਾ 2000 ਬੋਲੋ ਜੀ ਬੋਲੋ ॐ भूर्भुवः स्वः सवितर् भर्गो देवस्य धीमहि देवस्य धीमहि धियो यो नः ॐ दु शान्तिरन्तरे शान्ति ब्रह्मा शान्ति सर्वेभ्यो शान्ति नो ਬਾਕੀ ਬਾਹਰ ਲੈਣ ਦੇਣ ਕਰ ਲਈ ਹੱਥ
ਆ ਕਾਕਾ ਚਲਾਈ ਯਾਰਾ ਕਾਕੇ ਬੰਦ ਕਰ ਤਾ ਆ ਉਹਦੇ ਦੇ ਦਿਓ ਉੱਥੇ ਰੱਖ ਦਿਓ ਆ ਕਿਸੇ ਦੀ ਐਨਕ ਕੋਈ ਡਿੱਗੀ ਹੈ ਵੀ ਐਨਕ ਆਪਣੀ ਲੈ ਲੈ ਨਾਨਕੇ ਜੀ ਭਾਈ ਸਾਹਿਬ ਉੱਠੋ ਹੱਜ ਜੁੜ ਬਾਹਰ ਜਾ ਕੇ ਤੁਸੀਂ ਇੱਥੇ ਮੰਮੀ ਹਾਂਜੀ ਅਜੀ ਭਾਜੀ ਫਿਰ